ए सीरी प्लीज कॉल बिंदर दोजी। चलो भी चलो एंट्री चेंज कर दी बेटा। मैं स्पेशल डिमांड डिसीजन ਹੁੰਦੇ ਹੋਏ ਕਿ ਮਮਾ ਸਾਡੇ ਨਾਲ ਜਾਣਗੇ ਕਿ ਸ਼ਰਨਜੀਤ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਦੀ ਸਾਜਨ ਵਧੀਆ ਹੋਵੋਗੇ, ਘੈਂਟ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ। ਮੈਂ ਇੱਕ ਚੀਜ਼ ਐਨਲਾਈਜ਼ ਕਰ ਰਹੀ ਸੀਗੀ ਕਿ ਐਨੂਅਲ ਮੀਟ ਖਤਮ ਹੋ ਗਿਆ ਬਟ ਮਾਈਂਡ ਇੰਨਾ ਜ਼ਿਆਦਾ ਸਟਰੋਂਗ ਰੋਲ ਪਲੇ ਕਰਦਾ ਨਾ ਸਾਡੀ ਸਾਰੀ ਬੋਡੀ ਤੇ ਕਿ ਜਿਵੇਂ ਪਿਛਲਾ ਹਫਤਾ ਨੇ ਨੀ ਟੈਨਸ਼ਨ ਵਾਲਾ ਸੀਗਾ ਨਾ ਸਟ੍ਰੈਸ ਹੋਇਆ ਸੀ ਆਨਾ ਲੇਟ ਦਿਮਾਗ ਚ ਕੋਈ ਗੱਲ ਬੁਰੀ ਲੱਗੀ ਜਾਣੀ ਦੋ ਤਿੰਨ ਵਾਰ ਤੇ ਸਰ ਮੈਂ ਰੋ ਵੀ ਪਈ ਸਟ੍ਰੈਸ ਦੇ ਚੱਕਰ ਚ ਮਤਲਬ ਕਿ ਕਿਉਂਕਿ ਜ਼ਿਆਦਾ ਹੋ ਰਿਹਾ ਸੀ ਕਿਸੇ ਦੀ ਗੱਲ ਜ਼ਿਆਦਾ ਬੁਰੀ ਲੱਗ ਰਹੀ ਸੀ ਹਨਾ ਐਂਡ ਹੁਣ ਜਦੋਂ ਸਾਰਾ ਕੁਝ ਹੋ ਗਿਆ ਤਿੰਨ ਦਿਨ ਖਤਮ ਹੋ ਗਏ ਹੁਣ ਤਾਂ ਲੱਗ ਰਿਹਾ ਕਿ ਸਹੀ ਹੈ ਆਫਿਸ ਹੀ ਜਾਣਾ ਹੈ ਮਤਲਬ ਜਾ ਤਾਂ ਫਿਰ ਵੀ ਆਫਿਸ ਹੀ ਰਹੀ ਹੈ ਨਾ जर्नी डिस्कस करते हो एंड यस वेरी वेरी सून हुण क्योंकि मैं वेली हो चुकी हाँ आपां सॉफ्ट स्किल्स दी क्लासेस स्टार्ट करांगे ठीक है ताड़े नाल वेरी सून मैं डिटेल शेयर कर दांगी किवें होणगीआं किद्दां होणगीआं। सो आपां सॉफ्ट स्किल्स दी जर्नी आपां विचों कई कारणां करके रह गए बट हुण आपां सॉफ्ट स्किल्स दी जर्नी दुबारा शुरू करांगे। बस चक्कना सी ताहीं तां करिया नहीं मैं। सुनियो कोशिश करियो 6:30 ओके बाय ओके। पहला असीं ने जाणा घरे ਤੇ ਘਰੇ ਜਾਣ ਤੋਂ ਬਾਅਦ ਅਸੀਂ ਅੱਜ ਕੀ ਕੀਤਾ ਹੈ ਕਿ ਅਸੀਂ ਨੇ ਕਰੀ ਆ ਰਾਤ ਦੀ ਕੀ ਕਹਿੰਦੇ ਹੁੰਦੇ ਨੇ ਜੀ ਆਪਣਾ ਅਸੀਂ ਕਰੀ ਆ ਰਾਤ ਦੀ ਸ਼ੋਅ ਬੁਕਿੰਗ। ਪਹਿਲਾਂ ਦਾ ਨਾਮ ਹੈ ਜੀ ਅੰਨੀ ਦਾ ਮਜ਼ਾਕ ਹੈ। ਸੋ ਫਿਲਹਾਲ ਮੈਂ ਘਰ ਆਇਆ ਜੀ ਅਪਰੋਕਸ 6 ਵਜੇ ਨਾਲੇ ਨੇ ਤੇ ਜਿਹੜਾ ਕੰਮ ਦਾ ਸਮਾਨ ਲੈ ਕੇ ਜਾਣ ਵਾਲਾ ਘਰੇ ਉਹ ਲੈ ਕੇ ਜਾਵਾਂਗੇ ਜੀ ਤੇ ਮਨਵੀਤ ਨੂੰ ਪਿਕ ਕਰਾਂਗੇ ਉਧਰੋਂ ਕਰਦੇ ਨੂੰ ਪਿਕ ਕਰਾਂਗੇ ਤੇ ਮੂਵੀ ਦੇਖਾਂਗੇ। ਸੋ ਗਾਇਜ਼ ਲੁੱਕ ਚੇਂਜ ਹੋ ਗਈ ਜੀ ਕਿਉਂਕਿ ਮੈਨੂੰ ਹਮੇਸ਼ਾ ਆਦਤ ਹੈ ਜੀ ਮੈਂ ਜਦੋਂ ਵੀ ਮੂਵੀ ਦੇਖਣੀ ਹੁੰਦੀ ਹੈ ਨਾ ਮੈਂ ਥੋੜਾ ਜਿਹਾ ਰਿਲੈਕਸ ਹੋ ਕੇ ਦੇਖਦਾ। ਓ ਮਾਈ ਗੋਡ ਮਨਵੀਤ ਕੌਰ ਜਲਦੀ ਬੜੀ ਔਖਿਆ ਹੈ ਯਾਰ ਮੈਂ ਇੱਕ ਟਾਈਮ ਤਾਂ ਮੈਨੂੰ ਰੋਣਾ ਹੀ ਆ ਗਿਆ ਮੈਨੂੰ ਤਾਂ ਇਦਾਂ ਲੱਗ ਰਿਹਾ ਸੀ ਪਤਾ ਨਹੀਂ ਇੰਨਾ ਪ੍ਰੈਸ਼ਰ ਫੀਲ ਹੋ ਰਿਹਾ ਸੀ ਨਾ ਤੁਸੀਂ ਇੱਕ ਫੋਨ ਕੀਤਾ ਤੁਸੀਂ ਦੋ ਫੋਨ ਕੀਤਾ ਤੁਸੀਂ ਵੀ ਟਿਕ ਨਹੀਂ ਰਹੇ ਸੀਗੇ। ਨਹੀਂ ਮੈਂ ਟਿਕ ਗਿਆ ਬਾਅਦ ਚ ਜਦ ਤੈਨੂੰ ਕਿਹਾ ਕਿ ਮੈਂ ਜਦੋਂ ਮੈਂ ਤੁਹਾਨੂੰ ਕਿਹਾ ਨਾ ਕਿ ਜਾਨੀ ਕਰੋ ਉਦੋਂ ਕੀਤਾ ਤੁਸੀਂ ਜਾ ਕੇ। ਨਹੀਂ ਮੈਨੂੰ ਇਹ ਨਹੀਂ ਸੀ ਪਤਾ ਨਾ ਸੋਹਣੇ ਇੰਨੀ ਅਰਜੈਂਸੀ ਕਿਉਂਕਿ ਆਪਣੀ ਸਵਾ ਚੀਜ਼ ਦੀ ਗੱਲ ਹੋਈ ਸੀ ਨਾ ਸੋਹਣੇ। ਹਾਂ ਉਹ ਤਾਂ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ ਸੀ ਬਟ ਚੱਕਰ ਇਹ ਹੈ ਕਿ ਕੱਲ ਦੀ ਛੁੱਟੀ ਵੀ ਔਖੀ ਹੋ ਜਾਂਦੀ ਸੀ ਹੁਣ ਮੈਂ ਕੀਤਾ ਤਾਂ ਹੈ ਬਟ ਅਜੇ ਵੀ ਨਾ ਪਤਾ ਨਹੀਂ ਮੈਨੂੰ ਲੱਗ ਰਿਹਾ ਕਿ ਅਜੇ ਸਾਨੂੰ ਤਸੱਲੀ ਨਹੀਂ ਹੋਈ ਕੰਮ ਦੇ ਨਾ ਪਤਾ ਨਹੀਂ ਹੁਣ ਦੇਖਦੇ ਹਾਂ ਕਿਉਂਕਿ ਮੇਨ ਗੱਲ ਕੀ ਸੀਗੀ ਕਿ ਮੈਂ ਕੱਲ ਦੀ ਛੁੱਟੀ ਮੰਗਣੀ ਸੀ ਨਾ ਤਾਂ ਉਹਦੇ ਚੱਕਰ 'ਚ ਮੈਨੂੰ ਸੀਗਾ ਕਿ ਜੇ ਮੈਂ ਨਿਪਟਾ ਕੇ ਨਹੀਂ ਗਈ ਫਿਰ ਤਾਂ ਪ੍ਰੋਬਲਮ ਹੋ ਜਾਏਗੀ। ਮੈਂ ਇਹ ਸੋਚ ਰਹੀ ਪਿਆ ਕਿ ਮੂਵੀ ਦਾ ਆਈਡੀਆ ਮੈਂ ਦਿੱਤਾ ਬਟ ਮੂਵੀ ਇੰਨਾ ਪ੍ਰੈਸ਼ਰ ਹੋ ਗਿਆ ਨਾ ਦਿਮਾਗ ਜਦੋਂ ਟਾਈਮ ਲਾਈਨ ਹੋਵੇ ਨਾ ਉਹ ਤਾਂ ਬਹੁਤ ਔਖਾ ਹੋ ਜਾਂਦਾ ਯਾਰ ਹੈਨਾ। ਪਰ ਮੈਨੂੰ ਮਨਵੀਤ ਤੇ ਭਰੋਸਾ ਹੈ ਇਹ ਪਿੰਡੋਂ ਆਉਣਾ ਇਹਦੇ ਲਈ ਮੁਸ਼ਕਿਲ ਆ। ਬੇਟਾ ਜੇ ਕੈਨਸਲ ਹੋ ਗਈ ਫੇਰ ਆਣਾ ਪੈਣਾ ਨਾ ਤੁਹਾਨੂੰ ਮੇਰੇ ਤੇ ਤਾਂ ਭਰੋਸਾ ਹੈ। ਐਕਚੁਅਲੀ ਚੱਕਰ ਪਤਾ ਕਿ ਯਾਰ ਮੈਨੂੰ ਵੀ ਛੁੱਟੀ ਚਾਹੀਦੀ ਸੀ ਤੇ ਪੂਜਾ ਨੂੰ ਵੀ ਕਿਉਂਕਿ ਹੁਣ ਉਹਦਾ ਵੀ ਅਸੀਂ ਦਿੱਤੀ ਨਹੀਂ ਮਹੀਨੇ 'ਚ ਨਾ ਤਾਂ ਪੂਜਾ ਦਾ ਵੀ ਔਖਾ ਹੋਇਆ ਪਿਆ ਸੀ ਵਿਚਾਰੀ ਦਾ ਤੇ ਮੈਂ ਵੀ ਚਾਹੁੰਦੀ ਕਿ ਉਹ ਵੀ ਲੈ ਲੈ ਬਟ ਹੁਣ ਦੋਨੋਂ ਜਾਣੇ ਨਹੀਂ ਹੋਵਾਂਗੇ ਤਾਂ ਉਹ ਸਿਸਟਮ ਦਾ ਵੀ ਔਖਾ ਹੈ ਤਾਂ ਹੁਣ ਪਤਾ ਨਹੀਂ। ਮੇਰੇ ਹਿਸਾਬ ਨਾਲ ਤਾਂ ਜਾਂਦੀ ਇੱਦਾਂ ਕਹਿੰਦੇ ਆ ਘਰਦਿਆਂ ਨੂੰ ਕਹਿੰਦੇ ਕਿ ਉੱਥੇ ਪਹੁੰਚ ਜਾਓ ਅਸੀਂ ਅੰਦਰ ਵੜਾਂਗੇ ਹੋਰ 10 ਮਿੰਟ ਹੋਣਗੇ ਇਧਰੋਂ ਅਸੀਂ ਬਾਹਰੋਂ ਬਾਹਰ ਚੱਲ ਜਾਾਂਗੇ ਨਾ। ਉਹ ਬੜੀ ਅਸਲ ਬਸ ਲੱਗਾ ਸੀ ਕਿ ਤੁਸੀਂ ਦੇਖਿਆ ਕਿਸੇ ਨੂੰ ਮੂਵੀ ਵਾਸਤੇ ਨਾ ਹੁੰਦੇ ਆ। ਮੈਂ ਫਿਰ ਇਸ ਲਈ ਨਹੀਂ ਰਹੀ ਕਿਉਂਕਿ ਫਿਰ ਹੋਰ ਲੇਟ ਹੋ ਜਾਣਾ। ਆ ਜਾਓ ਆ ਜਾਓ ਬੈਠੋ ਬੈਠੋ ਪਿੱਛੇ ਰੱਖ ਆਵਾਜ਼ ਚੱਕ ਦੋ ਫੱਟੇ ਸਾਰੇ ਨਿਆਣਿਆਂ ਦਾ ਸਮਾਨ ਆਪ ਉਹ ਪ੍ਰਸ਼ਾਦ ਲੈ ਕੇ ਆਏ ਇਹ ਕੀ ਲੈ ਕੇ ਆਏ ਤੁਸੀਂ ਓ ਵਾਓ ਕੀ ਹੈ ਇਹ ਚੋਰੀ ਛੁਪੀ ਓ ਮਾਈ ਗਾਡ ਇਹ ਤੁਸੀਂ ਸਕੀਮ ਲਾਈ ਹੈ ਮਨਵੀਤ ਕੌਰ ਜੀ ਤੁਹਾਡੇ ਵਾਸਤੇ ਤਾਂ ਫਾਇਦਾ ਹੋ ਗਿਆ ਹੈ। ਹੇ ਸਿਰੀ ਪਲੀਜ਼ ਕਾਲ ਬਿੰਦਰ ਦੋਜੀ। ਯੈਸ ਯੈਸ ਕਾਲ ਲਾਰੀ ਸ਼ਰਨਜੀਤ ਕਾ ਲੱਗੀ ਗੱਲ ਓ ਬੇਇੱਜ਼ਤੀ ਤੋਂ ਅੱਜ ਗਏ ਸ਼ਰਨਜੀਤ ਜੀ ਸੁਣਦੇ ਸਿਰੀ ਤੁਹਾਡੇ ਹਨਾ ਸਿਰੀ ਨੂੰ ਗੱਲ ਕਹਿ ਕੇ ਕਿਹਾ ਵੀ ਕਿ ਬਿੰਦਰ ਦੋਦੀ ਨੂੰ ਫੋਨ ਕਰਾ ਦੇ ਉਹ ਵੀ ਦੇਖਣ ਨਹੀਂ ਅਸੀਂ ਕਿੱਥੇ ਵੀ ਜਦੋਂ ਦੀ ਮੈਂ ਆਈ ਆ ਆਪਾਂ ਟਾਈਮ ਤੇ ਗਏ ਨਹੀਂ ਆ लेट
ताए जी मेनू कहते जानू हूं की करना कहते फोटोग्राफर नू कह रही मैं भाई तू चल कह रहा बाद मेनू ना कह मैं नहीं कहूंगी नहीं कहूंगी तू चल तजर्बा है जेड़ा भी सी मेरे ख्याल भज गया आप नूं अंदर जाना पैना जो कोई जोक करता भी हसी नहीं आती है गल्ला याद कर करके हसी आ रही है फिल्म बंदे चोरी रखी हुई ना अपनी कहानी दसी जाइए जनाब हुणी पहुंच गए डिनर करने वास्ते ऑर्डर साडा कीता होया सी जाइए घर बैठीए खाइए पीए नजारे लाइए ऑर्डर करने का फायदा हो गया ऑर्डर करने की लोड़ नहीं है ऑर्डर पहले ही दे दो फोन से पाई मशरूम डुप्लेक्स मेरा मन कर रहा यार मनीत कौर जी ने ना दी नाल ऑर्डर करता मन करे शीशे तो उपर आ जाता जिदा चलिया मेरे वीर
जल्दी आ जाओ घर शरणजीत जी, जल्दी आ जाओ घर असीं इत्थे खड़े आ। ਆਪਾਂ ਪਹੁੰਚ ਗਏ ਜੀ ਘਰ, ਫਰੈਸ਼ਨ ਅਪ ਹੋ ਗਏ ਸਾਰੇ ਜਾਣੇ ਅਤੇ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ। ਬਟ ਇਹ ਮੱਚ ਰਿਕੁਆਇਰਡ ਬ੍ਰੇਕ ਸੀਗੀ ਅੱਜ ਨਾ, ਮੂਵੀ ਨੇ ਥੋੜ੍ਹਾ ਇੱਦਾਂ ਦਿੱਤਾ ਐਂਟਰਟੇਨਮੈਂਟ ਵਾਲਾ ਸੋਰਸ ਸੀਗਾ ਅਤੇ ਘਰਦਿਆਂ ਨਾਲ ਹੁਣ ਫਾਈਨਲੀ 2 ਦਿਨਾਂ ਦੀ ਛੁੱਟੀ, ਸੈਟਰਡੇ ਸੰਡੇ ਸਿਰਫ ਸੋਣਾ, ਹੋਰ ਕੋਈ ਪਲਾਨ ਨਹੀਂ ਹੈ ਸਾਡਾ। ਅਤੇ ਇਸ ਤੋਂ ਪਹਿਲਾਂ ਕਰੀਏ ਆਪਾਂ ਅੱਜ ਦੇ ਵਲੋਗ ਨੂੰ ਐਂਡ। ਅੱਜ ਦਾ ਹੁਕਮਨਾਮਾ ਸਾਹਿਬ ਸੀ ਜੀ ਕਿ ਕਹਿੰਦੇ ਨੇ ਰਵਿਦਾਸ ਜੀ ਕਿ ਰੱਬ ਜੀ ਕਿ ਜੇ ਅਸੀਂ ਮੌਤ ਦੀ ਦੁਨੀਆਂ ਵਿੱਚ ਫਸੇ ਹੋਏ ਹਾਂ, ਮੌਤ ਦੇ ਧਾਗਿਆਂ 'ਚ ਫਸੇ ਹੋਏ ਹਾਂ, ਤਾਂ ਅਸੀਂ ਤੁਹਾਨੂੰ ਆਪਣੇ ਪਿਆਰ ਵਿੱਚ ਬੰਨ ਲਿਆ ਹੈ। ਮਤਲਬ ਉਹਨਾਂ ਨੂੰ ਇੰਨਾ ਭਰੋਸਾ ਕਿ ਕਹਿੰਦੇ ਰੱਬ ਜੀ ਅਸੀਂ ਤਾਂ ਮੌਤ ਦੇ ਸਰਕਲ 'ਚੋਂ, ਗੇੜੇ 'ਚੋਂ ਨਿਕਲ ਜਾਵਾਂਗੇ, ਬਟ ਤੁਸੀਂ ਕਿਵੇਂ ਬਚੋਗੇ, ਤੁਸੀਂ ਕਿਵੇਂ ਨਿਕਲੋਗੇ ਸਾਡੇ ਪਿਆਰ 'ਚੋਂ। ਅਤੇ ਉਹ ਕਹਿੰਦੇ ਨੇ ਕਿ ਰੱਬ ਜੀ ਤੁਹਾਡੇ ਸੇਵਕ ਜਿਨ੍ਹਾਂ ਤੁਹਾਡੇ ਨਾਲ ਪਿਆਰ ਕਰਦੇ ਨੇ ਨਾ, ਉਹ ਤੁਹਾਡੇ ਤੋਂ ਛੁਪਿਆ ਨਹੀਂ ਹੈਗਾ। ਅਤੇ ਜੇ ਤੁਹਾਡੇ ਤੋਂ ਛੁਪਿਆ ਨਹੀਂ ਹੈਗਾ ਨਾ, ਮੈਨੂੰ ਪੂਰਾ ਭਰੋਸਾ ਹੈ ਕਿ ਆਹ ਜਿਹੜੀ ਮੌਤ ਦੀ ਦੁਨੀਆ, ਮੌਤ ਦੀਆਂ ਤਾਰਾਂ ਨੇ, ਜੋ ਸਾਰਾ ਕੁਛ ਹੈ, ਜੰਜਾਲ ਹੈ, ਇਹਦੇ 'ਚੋਂ ਤੁਸੀਂ ਆਪਣੇ ਭਗਤਾਂ ਨੂੰ ਆਪ ਕੱਢ ਲਓਗੇ। ਤਾਂ ਮੈਂ ਇਹ ਐਨਾਲਾਈਜ਼ ਕਰ ਰਹੀ ਸੀਗੀ ਕਿ ਜੋ ਰੱਬ ਜੀ ਦੇ ਭਗਤ ਹੁੰਦੇ ਨੇ ਨਾ, ਉਹ ਰੱਬ ਜੀ ਨਾਲ ਖੁੱਲ੍ਹੀਆਂ ਗੱਲਾਂ ਕਰਦੇ ਨੇ। ਅਤੇ ਉਹਨਾਂ ਨੇ ਬਾਣੀ ਵਿੱਚ ਵੀ, ਜਿਹੜੇ ਭਗਤਾਂ ਦੀ ਬਾਣੀ ਹੈ, ਉਹਨਾਂ ਨੇ ਖੁੱਲ੍ਹੇ ਕਿਹਾ ਕਿ ਰੱਬ ਜੀ ਜਿਵੇਂ ਉਹਨਾਂ ਦਾ ਦੋਸਤ ਹੁੰਦੇ ਨੇ, ਮਿੱਤਰ ਹੁੰਦੇ ਨੇ, ਉਹਨਾਂ ਨੇ ਬਿਲਕੁਲ ਉਵੇਂ ਗੱਲਾਂ ਕਹੀਆਂ ਨੇ ਕਿ ਤੁਸੀਂ ਦੇਖੋ ਤੁਸੀਂ ਸਾਨੂੰ ਕਿਵੇਂ ਕੱਢਣਾ ਮੋਹ 'ਚ, ਸਾਡਾ ਕੰਮ ਕੀ ਹੈ, ਤੁਹਾਡੇ ਨਾਲ ਪਿਆਰ ਪਾਉਣਾ, ਅਤੇ ਉਹ ਅਸੀਂ ਪਾ ਰਹੇ ਹਾਂ, ਹੁਣ ਤੁਹਾਡਾ ਕੰਮ ਕੀ ਹੈ ਕਿ ਸਾਨੂੰ ਬਚਾ ਕੇ ਰੱਖਣਾ ਹੈ ਸਾਰੀਆਂ ਚੀਜ਼ਾਂ ਤੋਂ, ਤਾਂ ਕਿ ਸਾਡਾ ਜਿਹੜਾ ਜੀਵਨ ਹੈ ਉਹ ਵਧੀਆ ਲੰਘ ਸਕੇ। ਸੋ ਇਹਦੇ ਨਾਲ ਹੀ ਕਰਾਂਗੇ ਜੀ ਅੱਜ ਦੇ ਵਲੋਗ ਨੂੰ ਐਂਡ। ਤੁਹਾਨੂੰ ਹੁਣ ਅਸੀਂ ਮਿਲਦੇ ਰਹਾਂਗੇ, ਟਿਲ ਦੈਨ ਟੇਕ ਕੇਅਰ ਆਫ ਯੋਰਸੈਲਫਸ ਜੀ, ਰੱਬ ਰਾਖਾ ਜੀ।